ਪੰਜਾਬ ਵਿੱਚ ਹਾਲ ਵਿੱਚ ਹੀ ਹੋਣ ਦੀ ਚਾਹ ਚੌਥੇ ਫਰੰਟ ਆਵਾਜ਼ੇ ਪੰਜਾਬ ਦੇ ਮੁੱਖ ਆਗੂ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਦਾ ਫਰੰਟ ਇੱਕ ਸਿਆਸੀ ਪਾਰਟੀ ਵਜੋਂ ਚੋਣ ਨਹੀਂ ਲੜੇਗਾ। ਸਿੱਧੂ ਨੇ ਅਕਾਲੀ ਦਲ ਅਤੇ ਕਾਂਗਰਸ ਦੀ ਸਿਆਸੀ ਰਲਗੜ ਤੋਂ ਪੰਜਾਬ ਨੂੰ ਬਚਾਉਣ ਲਈ ਕਿਸੇ ਵੀ ਤਾਕਤ ਨਾਲ ਹੱਥ ਮਿਲਾਉਣ ਦੀ ਪੇਸ਼ਕਸ਼ ਕੀਤੀ ਹੈ। ਆਮ ਆਦਮੀ ਪਾਰਟੀ ਦਾ ਨਾਮ ਲਏ ਬਿਨਾਂ ਸਿੱਧੂ ਨੇ ਅਕਾਲੀ ਦਲ ਅਤੇ ਕਾਂਗਰਸ ਖਿਲਾਫ਼ ਪੰਜਾਬ ਦੇ ਵੋਟਰਾਂ ਦੀ ਉੱਠ ਰਹੀ ਲਹਿਰ ਵਿੱਚ ਠੱਲ ਨਾ ਪਾਉਣ ਦੀ ਤਕਰੀਰ ਦਿੰਦਿਆਂ ਕਿਸੇ ਵੀ ਪ੍ਰੀ ਪੋਲ ਅਤੇ ਪੋਸਟ ਪੋਲ ਅਲਾਇੰਸ ਦੀ ਸੰਭਾਵਨਾ ਨੂੰ ਵਿਅਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਦਾ ਬਿਆਨ ਸਿਆਸੀ ਹਲਕਿਆਂ ਵਿੱਚ ਫਿਰ ਉਸੇ ਸੰਭਾਵਨਾ ਨੂੰ ਜਨਮ ਦੇਣ ਵਾਲਾ ਹੈ ਜਿਹੜਾ ਪਹਿਲਾਂ ਹੀ ਆਪ ਅਤੇ ਨਵਜੋਤ ਸਿੰਘ ਸਿੱਧੂ ਦੇ ਆਪਸ ਵਿੱਚ ਹੱਥ ਮਿਲਾਉਣ ਦੀਆਂ ਕਿਆਸ ਰਾਹੀਆਂ ਵੇਲੇ ਪੈਦਾ ਹੋਏ ਸਨ। ਸਿੱਧੂ ਦਾ ਇਹ ਬਿਆਨ ਪੰਜਾਬ ਦੇ ਪੂਰੇ ਸਿਆਸੀ ਮਾਹੌਲ ਨੂੰ ਇੱਕ ਨਵਾਂ ਮੋੜ ਦੇ ਸਕਦਾ ਹੈ। ਸਿੱਧੂ ਦੇ ਬਿਆਨ ਤੋਂ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਆਵਾਜ਼ੇ ਪੰਜਾਬ ਦੇ ਲੀਡਰ ਆਮ ਆਦਮੀ ਪਾਰਟੀ ਨਾਲ ਪ੍ਰੀ ਪੋਲ ਅਲਾਇੰਸ ਦੀ ਸੂਰਤ ਵਿੱਚ ਇੱਕ ਸਾਂਝੀ ਫਰੰਟ ਅਤੇ ਪੋਸਟ ਪੋਲ ਅਲਾਇੰਸ ਦੀ ਸੂਰਤ ਵਿੱਚ ਨਿਰਪੱਖ ਉਮੀਦਵਾਰਾਂ ਵਜੋਂ ਚੋਣ ਲੜ ਸਕਦੇ ਨੇ। ਆਮ ਆਦਮੀ ਪਾਰਟੀ ਹਲੇ ਸਿੱਧੂ ਦੇ ਇਸ ਬਿਆਨ ਤੇ ਸਾਫ ਸਾਫ ਭਾਵੇਂ ਕੁਝ ਵੀ ਨਹੀਂ ਕਹਿ ਰਹੀ, ਪਰ ਆਪ ਆਗੂ ਹਿੰਮਤ ਸਿੰਘ ਸ਼ੇਰਗਿੱਲ ਦੇ ਮੁਤਾਬਿਕ ਨਵਜੋਤ ਸਿੱਧੂ ਨੇ ਜੋ ਵੀ ਕੀਤਾ ਉਹ ਠੀਕ ਕੀਤਾ ਅਤੇ ਸਿੱਧੂ ਨੇ ਆਪ ਦੀ ਸੋਚ ਨੂੰ ਹੀ ਦਰਸਾਇਆ ਹੈ ਕਿ ਜਨਤਾ ਅਕਾਲੀ ਦਲ ਅਤੇ ਕਾਂਗਰਸ ਦੀ ਮਿਲੀ ਭੁਗਤ ਦੇ ਖਿਲਾਫ ਹੈ। ਉਹਨਾਂ ਦੀ ਇੱਕ ਸਟੇਟਮੈਂਟ ਆਈ ਹੈ ਤੇ ਜੋ ਉਹਨਾਂ ਨੇ ਆਪਣੀ ਉਹ ਸਟੇਟਮੈਂਟ 'ਚ ਕਿਹਾ ਹੈ ਕਿ ਪੋਲੀਟੀਕਲ ਪਾਰਟੀ ਨਹੀਂ ਬਣਾਉਣਗੇ। ਅਸੀਂ ਹਮੇਸ਼ਾ ਹੀ ਆਮ ਆਦਮੀ ਪਾਰਟੀ ਇਹੀ ਗੱਲ ਕਹਿ ਰਹੀ ਸੀਗੀ ਕਿ ਨਵਜੋਤ ਸਿੰਘ ਸਿੱਧੂ ਜੀ ਐਸਾ ਕੋਈ ਵੀ ਕਦਮ ਨਹੀਂ ਚੁੱਕਣਗੇ ਜਿਹਦੇ ਨਾਲ ਬਾਦਲਸ ਨੂੰ, ਮਜੀਠੀਆ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ, ਅਕਾਲੀ ਦਲ ਭਾਜਪਾ ਗੱਠਜੋੜ ਨੂੰ ਜਾਂ ਕਾਂਗਰਸ ਪਾਰਟੀ ਨੂੰ ਫਾਇਦਾ ਹੋਊਗਾ। ਸੋ ਇਹ ਅਸੀਂ ਕਹਿ ਰਹੇ ਸੀ ਤੇ ਅੱਜ ਉਸੇ ਗੱਲ ਦੀ ਪੁਸ਼ਟੀ ਨਵਜੋਤ ਸਿੰਘ ਸਿੱਧੂ ਜੀ ਨੇ ਵੀ ਕੀਤੀ ਹੈ। ਆਮ ਆਦਮੀ ਪਾਰਟੀ ਅਤੇ ਨਵਜੋਤ ਸਿੰਘ ਸਿੱਧੂ ਦੇ ਸੁਰ ਦਾ ਮਿਲਣਾ ਦੋਵਾਂ ਦੀ ਸਿਆਸੀ ਸਾਂਝ ਦੀ ਅਟਕਲਾਂ ਨੂੰ ਹੋਰ ਪੁਖਤਾ ਕਰ ਰਿਹਾ ਹੈ।